ਤਾਰਾ ਜੀ ਇਸ ਵੇਲੇ ਅਸੀਂ ਕਲਰ ਕਹਾਰ 'ਚ ਮੌਜੂਦ ਹਾਂ ਅਤੇ ਦੇਖੋ ਦੋ ਬੱਚੇ ਜਿਹੜੇ ਨੇ ਉਹਨਾਂ ਦੇ ਪੈਰਾਂ 'ਚ ਜੁੱਤੀਆਂ ਵੀ ਕੋਈ ਹਾਂਜੀ ਕਿਸ ਕਦਰ ਗੁਰਬਤ ਦੇ ਲਾਚਾਰੀ ਨਾਲ ਇਹ ਬੱਚੇ ਕਿੱਦਾਂ ਕਿੱਦਾਂ ਜ਼ਿੰਦਗੀ ਬਸਰ ਕਰਦੇ ਨੇ ਇਹਨਾਂ ਬੱਚਿਆਂ ਨੂੰ ਕਦੀ ਦਿਲ ਕਰਦਾ ਨਾ ਖੇਡਣ ਨੂੰ ਇਹਨਾਂ ਬੱਚਿਆਂ ਨੂੰ ਦਿਲ ਕਰਦਾ ਇੰਜੋਏ ਕਰਨ ਨੂੰ ਬਿਲਕੁਲ ਬਿਲਕੁਲ ਔਰ ਮੈਂ ਇਹਨਾਂ ਬੱਚਿਆਂ ਕੋਲ ਜਾ ਕੇ ਇਹਨਾਂ ਦੀ ਖੁਆਇਸ਼ ਪੁੱਛਾਂਗੀ ਕਿ ਕੀ ਖੁਆਇਸ਼ ਹੈ ਇਹਨਾਂ ਦੀ ਦਿਲ ਕਰਦਾ ਬੈਠਣ ਨੂੰ ਬੈਠੀਏ ਚਲੋ 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 ਪਹਿਲੀ ਦਫ਼ਾ ਸੈਰ ਕਰਨ ਲੱਗੇ ਹੋ ਪਹਿਲੇ ਕਭੀ ਨਹੀਂ ਬੈਠੇ ਪਹਿਲੇ ਕਭੀ ਨਹੀਂ ਬੈਠੇ ਨਹੀਂ ਲਓ ਜੀ ਸੈਰ ਕਰੋ ਬੱਚੇ ਕਿੰਨੇ ਖੁਸ਼ ਨੇ ਯਾਰ ਕਹਿੰਦਾ ਉੱਠ ਤੇ ਜੂਟੇ ਪੈ ਲੈਣੇ ਪਏ ਆ ਅੱਛਾ ਪਹਿਲੇ ਕਦਾ ਜੂਟੇ ਨਹੀਂ ਲਏ ਅੱਜ ਸੈਰ ਪਹਿਲੀ ਦਫ਼ਾ ਜ਼ਿੰਦਗੀ ਕਰਵਾਉਂਦੇ ਨੇ ਕਦੀ ਕਦੀ ਤਾਰਾ ਜੀ ਉਹ ਲੋਕਾਂ ਨੂੰ ਚਾਹੀਦਾ ਵਾ ਉਹ ਸੈਰ ਕਰਨ ਆਉਂਦੇ ਨੇ ਦੇਖਣ ਕਿ ਐਸੇ ਬੱਚੇ ਜਿਹੜੇ ਵਿਚਾਰੇ ਤਰਸਦੇ ਪਏ ਨੇ ਉਹਨਾਂ ਵਾਸਤੇ ਵੀ ਕਦੀ ਕਦੀ ਖੁਸ਼ੀਆਂ ਦਾ ਬੰਦੋਬਸਤ ਕਰਨ ਕੋਈ ਨਹੀਂ ਬਿਠਾਉਂਦੇ ਅੱਛਾ ਮਿੰਤਾਂ ਕਰਦੇ ਆ ਤੇ ਸਾਨੂੰ ਨਹੀਂ ਕੋਈ ਕੁਛ ਵੀ ਨਾ ਬੁਲਾਉਂਦੇ ਨੇ ਤੇ ਨਾ ਸਾਨੂੰ ਕੋਈ ਪੁੱਛਦੇ ਨੇ ਹਾਂਜੀ ਹੋ ਗਏ ਸਰ ਕਿਤਨੀ ਪਿਆਰੀ ਸੀ ਗੁੜੀਆ ਔਰ ਇਹ ਜੋ ਖੁਸ਼ੀ ਹੈ ਇਹ ਬਹੁਤ ਮੁਸ਼ਕਲ ਸੇ ਮਿਲਤੀ ਹੈ ਬੱਚੋਂ ਕੇ ਲੀਏ ਬੱਚੋਂ ਕੀ ਖੁਸ਼ੀ ਜੋ ਹੈ ਨਾ ਇਹ ਇੰਤਹਾ ਕੀ ਹੈ ਕਿ ਅੱਜ ਇਹਨਾਂ ਊਂਟ ਤੇ ਸੈਰ ਕੀ ਹੈ ਔਰ ਇਤਨੇ ਖੁਸ਼ ਹੋਏ ਹੈ ਔਰ ਇਹ ਮੇਰੇ ਬੱਚੋਂ ਕੇ ਲੀਏ ਯੇ ਔਰ ਇਹ ਮੇਰੇ ਬੱਚੋਂ ਕੇ ਲੀਏ ਖੁਸ਼ ਅਗਰ ਅਸੀਂ ਇਹਨਾਂ ਬੱਚਿਆਂ ਨੂੰ ਆਪਣੇ ਬੱਚਿਆਂ ਦੇ ਨਾਲ ਸ਼ਾਮਿਲ ਕਰ ਲਈਏ ਕਦੀ ਕਦੀ ਤੇ ਯਕੀਨ ਕਰੋ ਤੁਹਾਨੂੰ ਬਹੁਤ ਹੀ ਦੁਆਵਾਂ ਮਿਲਣਗੀਆਂ ਸਕੂਨ ਮਿਲੇਗਾ ਬਹੁਤ ਹੀ ਬਲੈਸਿੰਗ ਹੋਏਗੀ ਸਕੂਨ ਮਿਲੇਗਾ ਦਿਲ ਦਾ ਸਕੂਨ ਮਿਲੇਗਾ ਖੁਸ਼ ਹੋ ਬੇਟਾ ਕਿਤਨੇ ਖੁਸ਼ ਹੋ ਬਹੁਤ ਖੁਸ਼ ਬਾਏ ਬਾਏ ਕਰ ਦਿਓ ਬਾਏ ਬਾਏ